ਮੇਰਾ ਬੇਟਾ ਹੀ ਅਮਰੀ ਨਾਹੀ ਲੜਕਾ ਸੀਗਾ ਲੜਕਾ ਸੀ ਤੁਹਾਡਾ ਮੇਰਾ ਬੇਟਾ ਹੀ ਅਮਰੀ ਨਾਹੀ ਕੀ ਕਿੰਨੀ ਕੁ ਦੇਰ ਤੋਂ ਘਰੋਂ ਬਾਹਰ ਸੀਗਾ ਇਹਨੂੰ ਹੋ ਗਿਆ ਡੇਢ ਦੋ ਸਾਲ ਭਾਜੀ ਕੀ ਨਾਮ ਆਪਣਾ ਮਨਜੀਤ ਸਿੰਘ ਜੀ ਇਹ ਅਮਰਜੀਤ ਆਪਣਾ ਕੀ ਲੱਗਦਾ ਸੀ ਬੇਟਾ ਸੀ ਤੁਹਾਡਾ ਬੇਟਾ ਸੀ ਅਮਰਜੀਤ ਜਿਹੜਾ ਅਮਰੀ ਅੱਛਾ ਅਤੇ ਕੀ ਕਹਾਣੀ ਹੈ ਇਹ ਕਿਸ ਕਰਕੇ ਸਰ ਮਾਲਕ ਹੀ ਜਾਣਦਾ ਸਾਨੂੰ ਤਾਂ ਇੰਨੀਆਂ ਗੱਲਾਂ ਦਾ ਪਤਾ ਨਹੀਂ ਆ ਕਿ ਉਹ ਕੀ ਕਰਦਾ ਸੀ ਪਹਿਲਾਂ ਉਹ ਰਾਜਮਿਸਤਰੀ ਦੇ ਨਾਲ ਲੇਬਰ ਕਰਦਾ ਸੀ ਠੀਕ ਹੈ ਅਤੇ ਬਾਕੀ ਸਾਨੂੰ ਕਿਸੇ ਗੱਲ ਦਾ ਨਹੀਂ ਪਤਾ ਕਿ ਕੀ ਕਰਦਾ ਕੀ ਨਹੀਂ ਕਰਦਾ ਕੋਈ ਘਰੋਂ ਤੁਸੀਂ ਬਦਖਲ ਕੀਤਾ ਸੀ ਕਿੱਦਾਂ ਸੀਗਾ ਹਾਂਜੀ ਹਾਂ ਦਖਲ ਕੀਤਾ ਸੀ ਹਾਂਜੀ ਅਤੇ ਕਿੰਨੀ ਦੇਰ ਦਾ ਇਹ ਕੰਮ ਦੇ ਵਿੱਚ ਪਿਆ ਹੋ ਪਤਾ ਨਹੀਂ ਇਹ ਸਰ ਸਾਨੂੰ ਤਾਂ ਆਈਡੀਆ ਤਾਂ ਕੋਈ ਨਹੀਂ ਸਾਨੂੰ ਪਰ ਇਹ ਆ ਵੀ ਅਸੀਂ ਅੱਕ ਕੇ ਕੀਤਾ ਸੀ ਉਹਨੂੰ ਕਿ ਮਤਲਬ ਮੁੜ ਕੇ ਅਸੀਂ ਉਹਨੂੰ ਪਹਿਲਾਂ ਉਹਨੂੰ ਬੇਦਖਲੀ ਤੋਂ ਪਹਿਲਾਂ ਜੋ ਕੰਮ ਕਰਦਾ ਸੀ ਵਧੀਆ ਇੱਥੇ ਪਿੰਡ ਠੇਕੇਦਾਰਾਂ ਨਾਲ ਠੀਕ ਹੈ ਮਜ਼ਦੂਰੀ ਕਰਦਾ ਸੀ ਉਦੋਂ ਅਸੀਂ ਇਹਨੂੰ ਚਲੋ ਬਾਕੀ ਤੁਹਾਨੂੰ ਪਤਾ ਹੀ ਆ ਬੱਚੇ ਸਾਰਾ ਅੱਖੇ ਨਹੀਂ ਲੱਗਦੇ ਕਿੰਨੇ ਚਿਰ ਤੋਂ ਘਰ ਨਹੀਂ ਆਉਂਦਾ ਪਿਆ ਸੀ ਇਹ ਘਰ ਸਰ ਦੋ ਢਾਈ ਸਾਲ ਹੋ ਗਏ ਦੋ ਢਾਈ ਸਾਲ ਕੋਈ ਘਰ ਮੁੰਡੇ ਵਗੈਰਾ ਵੀ ਇਹਦੇ ਨਾਲ ਆਉਂਦੇ ਜਾਂ ਕੋਈ ਗੈਂਗਸਟ ਵਗੈਰਾ ਵੀ ਕੋਈ ਆਉਂਦੇ ਇੱਥੇ ਤੇ ਸਰ ਸਾਡੇ ਘਰ ਤੇ ਨਹੀਂ ਕਦੀ ਕੋਈ ਆਇਆ ਸੱਕੇ ਹੋਲੇ ਸੰਦ ਵਗੈਰਾ ਕੋਈ ਨਾਲ ਲਿਆ ਹੋਇਆ ਸਰ ਵਗੈਰਾ ਇੱਥੇ ਤੁਹਾਨੂੰ ਕਿੰਨੇ ਕਿੰਨੇ ਬੱਚੇ ਉਹਦੇ ਕਿਹਦੇ ਵਿਆਹ ਕੇ ਨਹੀਂ ਸਰ ਵਿਆਹ ਨਹੀਂ ਵਿਆਹ ਨਹੀਂ ਉਮਰ ਕਿੰਨੀ ਹੈ ਦੀ ਉਮਰ ਹੋ 20 ਸਾਲ ਦੀ ਕੋ ਉਹ ਪਤਾ ਨਹੀਂ ਤੁਹਾਨੂੰ ਕੀ ਹੈ ਗੈਂਗਸਟਰ ਆ ਇਸ ਤਰ੍ਹਾਂ ਇਹ ਸਰ ਜੇ ਪਤਾ ਹੋਵੇ ਤਾਂ ਆਪਣੇ ਬੱਚੇ ਨੂੰ ਸਮਝਾਇਆ ਵੀ ਜਾਂਦਾ ਇਹ ਸਾਨੂੰ ਇਹ ਨਹੀਂ ਪਤਾ ਇਹ ਜਿਹੜੇ ਜੰਡਿਆਲੇ ਦੇ ਵਿੱਚ ਕਤਲ ਹੋਏ ਉਹਨਾਂ ਵਿੱਚ ਇਨਵੋਲਵ ਹੈਗਾ ਸੀ ਇਸ ਕੇਸ ਦੇ ਵਿੱਚ ਇਹ ਗੱਲ ਸਰ ਮਾਲਕ ਜਾਣਦਾ ਜੀ ਇਹ ਸਾਨੂੰ ਪਤਾ ਨਹੀਂ ਦੱਸਿਆ ਜਾਂਦਾ ਕਿ 2 ਕਿਲੋ ਹੀਰਨ ਫੜੀ ਗਈ ਉਹਦੇ ਕੋਲ ਉਹ ਤਾਂ ਮਾਲਕ ਨੂੰ ਪਤਾ ਜੀ ਸਾਨੂੰ ਤਾਂ ਇਹ ਗੱਲਾਂ ਦਾ ਪਤਾ ਨਹੀਂ ਮੇਰਾ ਬੇਟਾ ਹੀ ਅਮਰੀ ਨਾਹੀ ਲੜਕਾ ਸੀਗਾ ਲੜਕਾ ਸੀ ਤੁਹਾਡਾ ਮੇਰਾ ਬੇਟਾ ਹੀ ਅਮਰੀ ਨਾਹੀ ਕੀ ਕਿੰਨੀ ਕੁ ਦੇਰ ਤੋਂ ਘਰੋਂ ਬਾਹਰ ਸੀਗਾ ਇਹਨੂੰ ਹੋ ਗਿਆ ਡੇਢ ਦੋ ਸਾਲ